यस बेटे, आपां कल दी क्लास विच स्टार्ट कर चुके हां कविता साहित्य माला बुक दे विचों माता गुजरी जी। कवि दा नाम है नंदलाल नूरपुरी। आपां फर्स्ट पैरा कल चंगी तरह समझिया, रीडिंग कीती के इस कविता दे विच माता गुजरी जी जो कि गुरु गोबिंद सिंह जी दे माता जी ने, गुरु तेग बहादुर जी दी सुपत्नी है, ते जड़े वड्डे साहिबजादे ते छोटे साहिबजादे हन उन्हां दे दादी जी हन जो कि अपने पोतरियां नूं बहुत प्यार करदे हन। उन्हां नूं बचपन तो ही अजिहियां विरासत विच मिलियां होईयां कुरबानियां दा इतिहास सुना सुना के उन्हां दे हौसले बुलंद करदे हन। और जदों हुण सरहंद दे नवाब वजीर खां ने छोटे साहिबजादियां नूं इस्लाम धर्म कबूल ना करन ते नीहां विच चिणवाउण दा हुक्म दे दित्ता है कि उन्हां नूं नीहां विच चिणवाया गया, तां माता गुजरी जी नूं जदों इस गल दा पता चलिया तां उह घोड़ियां गा के इस दर्द विछोड़े दा हाल बयान करदे हन। कवि उस समें दा दृश्य वर्णन करदा है, नंद लाल नूरपुरी है उस समें नूं बयान करदा है जदों छोटे साहिबजादे ਕਿਹੜੇ ਕਿਹੜੇ ਛੋਟੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਬਾਬਾ ਫਤਿਹ ਸਿੰਘ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਸਰਹੰਦ ਦੇ ਨਵਾਬ ਦੇ ਹੁਕਮ ਅਨੁਸਾਰ। ਸਰਹੰਦ ਦਾ ਨਵਾਬ ਹੋਇਆ ਵਜ਼ੀਰ ਖਾਂ। ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਕਵਿਤਾ ਦੇ ਵਿੱਚੋਂ ਸਿਰਫ ਆਪਾਂ ਵਨ ਮਾਰਕ ਕੁਐਸਚਨ ਹੀ ਕਰਨੇ ਹਨ ਔਰ ਆਪਣੀ ਫੇਅਰ ਨੋਟਬੁੱਕ ਤੇ ਵੀ ਮੈਕਸੀਮਮ ਹਰੇਕ ਲਾਈਨ ਦੇ ਅਕੋਰਡਿੰਗ ਜੋ ਵਨ ਮਾਰਕ ਕੁਐਸਚਨਸ ਬਣਦੇ ਨੇ ਉਹਨਾਂ ਦੇ ਤੁਸੀਂ ਆਨਸਰ ਇੱਕ ਵਾਕ ਵਿੱਚ ਲਿਖਣੇ ਨੇ ਤੇ ਜਿਹੜਾ ਮੇਨ ਆਨਸਰ ਹੈ ਉਹਨੂੰ ਅੰਡਰਲਾਈਨ ਕਰਨਾ ਹੈ। ਠੀਕ ਹੈ ਬੱਚੇ, ਮਾਤਾ ਗੁਜਰੀ ਜੀ ਬੱਚਿਆਂ ਦੀ ਦਾਦੀ, ਸਾਹਿਬਜ਼ਾਦਿਆਂ ਦੀ ਦਾਦੀ ਜੋ ਕਿ ਆਪਣੇ ਲਾਡਲੇ ਲਾਲਾਂ ਨੂੰ ਬਹੁਤ ਪਿਆਰ ਕਰਦੇ ਹਨ, ਉਹਨਾਂ ਦਾ ਵਿਛੋੜਾ ਚੱਲਣਾ ਉਹਨਾਂ ਲਈ ਬਹੁਤ ਅਸਹਿ ਹੈ। ਵਿਛੋੜਾ ਚੱਲਣਾ ਜਦੋਂ ਅਸਹਿ ਹੋ ਜਾਏ ਤਾਂ ਅੰਦਰਲੀ ਜਿਹੜੀ ਭਾਵਨਾ ਹੈ ਉਹਨਾਂ ਦੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਮੈਂ ਕਿਸ ਤਰ੍ਹਾਂ ਆਪਣੇ ਪੋਤਰਿਆਂ ਦੀ ਲੋਹੜੀ ਵੰਡਣੀ ਸੀ, ਉਹਨਾਂ ਨੂੰ ਮੈਂ ਵਿਆਹਣਾ ਸੀ, ਉਹਨਾਂ ਦੇ ਸ਼ਗਨ ਪੂਰੇ ਕਰਨੇ ਸਨ, ਪਰ ਉਹ ਤਾਂ ਹੋਣੀ ਨੇ ਉਹਨਾਂ ਨੂੰ ਆ ਕੇ ਜੱਫਾ ਪਾ ਲਿਆ। ਜਦੋਂ ਹੋਣੀ ਨੇ ਜੱਫਾ ਪਾਇਆ ਤਾਂ ਉਹ ਕੰਬ ਗਈ ਤਾਂ ਉਹਨੇ ਉਹਨਾਂ ਨੂੰ ਕਲਾਵੇ ਵਿੱਚ ਲੈਣਾ ਚਾਹਿਆ ਕਿ ਆਪਣੇ ਬੱਚਿਆਂ ਨੂੰ ਗਲ ਨਾਲ ਲਾਣਾ ਚਾਹਿਆ, ਛਾਤੀ ਨਾਲ ਲਾਣਾ ਚਾਹਿਆ ਕਿ ਮੇਰੇ ਬੱਚੇ ਮੇਰੇ ਤੋਂ ਦੂਰ ਨਾ ਹੋ ਜਾਣ, ਪਰ ਹੋਣੀ ਨੇ ਉਹਨਾਂ ਨੂੰ ਅਜਿਹਾ ਜੱਫਾ ਪਾਇਆ ਕਿ ਉਹਨਾਂ ਨੂੰ ਜਿਉਂਦਿਆਂ ਹੀ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਤੇ ਮਾਤਾ ਗੁਜਰੀ ਜੀ ਜਿਨ੍ਹਾਂ ਲਈ ਇਹ ਵਿਛੋੜਾ ਝੱਲਣਾ ਅਸਹਿ ਹੋ ਗਿਆ ਹੈ ਉਹ ਆਪਣੇ ਦਰਦ ਨੂੰ ਕਿਸ ਤਰ੍ਹਾਂ ਬਿਆਨ ਕਰਦੇ ਹਨ। ਫਸਟ ਪੈਰੇ ਵਿੱਚ ਆਪਾਂ ਕੀਤਾ ਕਿ ਮਾਤਾ ਗੁਜਰੀ ਜੀ ਅੱਧੀ ਰਾਤ ਤੱਕ ਬੈਠ ਕੇ ਆਪਣੇ ਚੰਨ ਵਰਗੇ ਪੁੱਤਰਾਂ ਦੀਆਂ ਘੋੜੀਆਂ ਗਾ ਕੇ ਆਪਣਾ ਦਰਦ ਬਿਆਨ ਕਰ ਰਹੇ ਨੇ। ਚੰਦਾਂ ਦੀਆਂ ਗਾਵੇ, ਚੰਦਾਂ ਤੋਂ ਭਾਵ ਹੈ ਪੋਤਰਿਆਂ ਦੀਆਂ। ਵਨ ਮਾਰਕ ਕੁਐਸਚਨਸ ਨੋਟ ਕਰ ਲਓ, ਪੋਤਰਿਆਂ ਦੀਆਂ। ਚੰਦਾਂ ਤੋਂ ਕਿਹਨੂੰ ਭਾਵ ਲਿਆ ਹੈ? ਮਾਤਾ ਗੁਜਰੀ ਜੀ ਦੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ। ਸਰਹੰਦ ਵਿਖੇ ਜਦੋਂ ਉਹਨਾਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਤਾਂ ਉਸ ਦਰਦਨਾਕ ਦ੍ਰਿਸ਼ ਨੂੰ ਵਰਣਨ ਕੀਤਾ, ਦਰਦਨਾਕ ਘਟਨਾ ਬਿਆਨ ਕੀਤੀ ਹੈ। ਅੱਖੀਆਂ ਦੇ ਤਾਰੇ ਮੈਨੂੰ ਚਾਨਣਾ ਨਜ਼ਰ ਨਾ ਆਵੇ। ਕਹਿੰਦੇ ਮੇਰੀ ਅੱਖਾਂ ਦੇ ਤਾਰੇ ਕਿੱਧਰ ਚਲੇ ਗਏ, ਮੈਨੂੰ ਉਹਨਾਂ ਦਾ ਰੋਸ਼ਨੀ ਨਜ਼ਰ ਹੀ ਨਹੀਂ ਆ ਰਹੀ, ਮੈਨੂੰ ਉਹ ਕਿਧਰੇ ਦਿਖਾਈ ਨਹੀਂ ਦੇ ਰਹੇ, ਆਪਣੇ ਪੋਤਰਿਆਂ ਦਾ ਮੈਨੂੰ ਚਾਨਣ ਕਿਤੇ ਨਜ਼ਰ ਨਹੀਂ ਆ ਰਿਹਾ। ਨੀ ਕੱਲ ਜਦੋਂ ਸੌਣ ਲੱਗੀ ਮੇਰੇ ਕੋਲ ਹੀਰਿਆਂ ਦੀ ਜੋੜੀ, ਹੀਰਿਆਂ ਦੀ ਜੋੜੀ ਕਿਹਨਾਂ ਨੂੰ ਕਿਹਾ ਗਿਆ? ਹੀਰੇ ਕੌਣ ਨੇ ਜਿਹੜੇ ਚਮਕ ਰਹੇ ਸਨ ਉਹਨਾਂ ਦੇ ਕੋਲ? ਮਾਤਾ ਗੁਜਰੀ ਜੀ ਦੇ ਲਾਡਲੇ ਸਾਹਿਬਜ਼ਾਦੇ ਕੌਣ? ਛੋਟੇ ਸਾਹਿਬਜ਼ਾਦੇ। ਕੋਮਲ ਸਰੀਰਾਂ ਤੇ ਹੱਥ ਫੇਰਦਿਆਂ ਹੋਇਆ ਕਿਹਾ ਕਿ ਮੈਂ ਤਾਂ ਇਹਨਾਂ ਦੀ ਲੋਹੜੀ ਵੰਡਣੀ ਸੀ। ਪਿੰਡਿਆਂ ਤੇ, ਪਿੰਡਿਆਂ ਤੋਂ ਭਾਵ ਲਿਖੋ, ਪਿੰਡਿਆਂ ਤੇ ਹੱਥ ਫੇਰ, ਪਿੰਡਿਆਂ ਤੋਂ ਭਾਵ ਹੈ ਸਰੀਰ ਤੇ।
ਉਹਨਾਂ ਨੂੰ ਪਲੋਸਦੀ ਹੋਈ, ਪਿਆਰ ਦਿੰਦੀ ਹੋਈ ਕਹਿੰਦੀ ਹੈ ਕਿ ਮੈਂ ਤਾਂ ਇਹਨਾਂ ਦੀ ਲੋਹੜੀ ਵੰਡਣੀ ਸੀ, ਮੈਂ ਤਾਂ ਇਹਨਾਂ ਦੇ ਸ਼ਗਨ ਕਰਨੇ ਸਨ, ਪਰ ਅੱਜ ਇਹ ਸਦਾ ਲਈ ਮੇਰੇ ਕੋਲੋਂ ਚਲੇ ਗਏ, ਦੂਰ ਚਲੇ ਗਏ। ਇਸ ਢਿੱਡ ਦਾ ਸੇਕ ਮੈਂ ਕਿੱਦਾਂ ਜਰ ਸਕਦੀ ਹਾਂ? ਢਿੱਡ ਦਾ ਸੇਕ ਕੱਲ ਆਪਾਂ ਡਿਸਕਸ ਕਰ ਚੁੱਕੇ ਹਾਂ, ਅੰਦਰਾਂ ਦਾ ਪਿਆਰ, ਮਾਂ ਦਾ ਪਿਆਰ, ਦਾਦੀ ਦਾ ਪਿਆਰ, ਅੰਦਰੂਨੀ ਪਿਆਰ। ਇਹ ਢਿੱਡ ਦਾ ਸੇਕ ਬਹੁਤ ਬੁਰਾ ਹੈ ਭਾਵ ਪੋਤਰਿਆਂ ਦਾ ਵਿਛੋੜਾ, ਬੱਚਿਆਂ ਦਾ ਵਿਛੋੜਾ ਚੱਲਣਾ ਬਹੁਤ ਅਸਹਿ ਹੈ। ਇਹ ਤਾਂ ਮਾਂ ਬਾਪ ਦੀਆਂ ਸੱਚੀਆਂ ਸੁੱਚੀਆਂ ਆਂਦਰਾਂ ਹੁੰਦੀਆਂ ਹਨ, ਤੇ ਇਹਨਾਂ ਦਾ ਵਿਛੋੜਾ ਕਿਸ ਤਰ੍ਹਾਂ ਚੱਲਿਆ ਜਾ ਸਕਦਾ ਹੈ? ਸੈਕਿੰਡ ਪੈਰਾ ਬੇਟੇ, ਹੁਣ ਆਪਾਂ ਸੈਕਿੰਡ ਪੈਰੇ ਤੋਂ ਸਟਾਰਟ ਕਰਦੇ ਹਾਂ। ਕੱਲ ਆਪਾਂ ਰੀਡ ਕੀਤਾ ਸੀ, ਕੌਣ ਰੀਡ ਕਰੇਗਾ ਤੁਹਾਡੇ ਚੋਂ? ਸੈਕਿੰਡ ਪੈਰਾ ਰੀਡਿੰਗ ਕੌਣ ਕਰੇਗਾ ਬੇਟੇ? ਯੈਸ ਬੱਚੇ, ਕੱਲ ਦਿਵਿਆ ਨੇ ਰੀਡਿੰਗ ਕੀਤੀ ਸੀ, ਬਹੁਤ ਅੱਛੀ। ਫਰੋਮ ਬੋਇਜ਼ ਸਾਈਡ ਬੇਟੇ ਰੀਡਿੰਗ ਕਰੋਗੇ? ਯੈਸ ਬੱਚੇ, ਯੈਸ ਬੱਚੇ ਰੀਡਿੰਗ ਕਰੋ ਨੈਕਸਟ ਪੈਰੇ ਦੀ। ਚਲੋ ਐਨੀ ਹੋ, ਸੁਪਨਾ ਸੱਚ ਹੋ ਗਿਆ, ਮੇਰੇ ਨਾਲ ਝਗੜ ਪਈ ਹੋਣੀ। ਕਹਿੰਦੇ ਇਹ ਤਾਂ ਸੁਪਨੇ ਚ ਜੋ ਮੈਂ ਦੇਖਿਆ ਸੀ ਉਹ ਮੈਨੂੰ ਲੱਗਦਾ ਸੱਚ ਹੋਣਾ ਪ੍ਰਤੀਤ ਹੋ ਰਿਹਾ, ਸੱਚ ਹੁੰਦਾ ਜਾਪਦਾ ਹੈ। ਮਾਤਾ ਗੁਜਰੀ ਜੀ ਕਹਿੰਦੇ ਮੈਂ ਤਾਂ ਬੁਰਾ ਸੁਪਨਾ ਦੇਖ ਲਿਆ, ਐਸਾ ਬੁਰਾ ਸੁਪਨਾ ਦੇਖਿਆ ਕਿ ਉਹ ਮੈਨੂੰ ਲੱਗਦਾ ਹੈ ਕਿ ਸੱਚ ਹੋ ਰਿਹਾ, ਕਿ ਹੋਣੀ ਹੈ ਜਿਹੜੀ ਮੇਰੇ ਨਾਲ ਝਗੜ ਰਹੀ ਹੈ। ਹੋਣੀ ਮੀਨਸ ਮੌਤ ਜੋ ਵਾਪਰ ਜਾਂਦੀ ਹੈ। ਕਹਿੰਦੇ ਮੈਨੂੰ ਕੋਈ ਚੀਜ਼ ਡਰਾ ਰਹੀ ਹੈ। ਇਹ ਮਾਤਾ ਗੁਜਰੀ ਜੀ ਆਪਣੀ ਅੰਦਰਲੀ ਭਾਵਨਾ ਨੂੰ ਬਿਆਨ ਕਰ ਰਹੇ ਜਦੋਂ ਸਾਹਿਬਜ਼ਾਦੇ ਨੀਹਾਂ ਵਿੱਚ ਚਿਣਵਾ ਦਿੱਤੇ ਗਏ। ਕਹਿੰਦੇ ਮੈਂ ਤਾਂ ਬਹੁਤ ਬੁਰਾ ਸੁਪਨਾ ਦੇਖਿਆ ਤੇ ਉਹ ਮੈਨੂੰ ਸੱਚ ਹੁੰਦਾ ਪ੍ਰਤੀਤ ਹੋ ਰਿਹਾ, ਕਿ ਉਹ ਸੁਪਨਾ ਕੀ ਹੈ ਕਿ ਮੈਨੂੰ ਇੱਕ ਚੀਜ਼ ਡਰਾ ਰਹੀ ਹੈ। ਉਹੀਓ ਹੋਈ, ਜਿਸ ਚੀਜ਼ ਦਾ ਮੈਨੂੰ ਡਰ ਸੀ ਉਹੀਓ ਮੇਰੇ ਨਾਲ ਵਾਪਰ ਗਈ, ਕਿ ਸੁਪਨੇ ਵਿੱਚ ਮੈਨੂੰ ਮੇਰੇ ਨਾਲ ਹੋਣੀ ਹੈ ਜਿਹੜੀ ਝਗੜਦੀ ਨਜ਼ਰ ਆਈ, ਲੜ ਰਹੀ ਮੇਰੇ ਨਾਲ ਝਗੜ ਪਈ ਹੋਣੀ, ਇੱਟ ਉੱਤੇ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲਗਾਉਣੀ, ਉਹ ਮੈਨੂੰ ਕੀ ਕਹਿ ਰਹੀ ਹੈ? ਗੁਜਰੀ ਜੀ ਕੀ ਕਹਿੰਦੇ ਕਿ ਮੈਨੂੰ ਉਹ ਡਰਾ ਰਹੀ ਹੈ, ਮੈਨੂੰ ਫਿਕਰਾਂ ਚ ਪਾ ਰਹੀ ਹੈ ਕਿ ਅੱਜ ਮੈਂ ਤੇਰੇ ਇੱਟ ਉੱਤੇ ਇੱਟ ਰੱਖ ਕੇ ਤੇਰੇ ਹੀਰਿਆਂ ਵਰਗੇ ਚਮਕ ਰਹੇ ਪੋਤਰਿਆਂ ਨੂੰ ਮੈਂ ਲੁਕੋ ਦੇਣਾ, ਛੁਪਾ ਦੇਣਾ, ਭਾਵ ਅੱਜ ਉਹਨਾਂ ਨੇ ਸ਼ਹਾਦਤ ਪ੍ਰਾਪਤ ਕਰ ਲੈਣੀ ਹੈ। ਕਹਿੰਦੇ ਮੈਂ ਤਾਂ ਡਰ ਹੀ ਗਈ ਹਾਂ, ਇਹ ਤਾਂ ਸੁਪਨਾ ਮੈਨੂੰ ਸੱਚ ਹੁੰਦਾ ਪ੍ਰਤੀਤ ਹੋ ਗਿਆ ਜਾਪਦਾ, ਕਿ ਹੁਣੀ ਮੇਰੇ ਨਾਲ ਕੀ ਝਗੜ ਰਹੀ ਹੈ ਕਿ ਅੱਜ ਤੇਰੇ ਪੋਤਰੇ ਤੇਰੇ ਕੋਲ ਨਹੀਂ ਰਹਿਣੇ, ਸਦਾ ਲਈ ਚਲੇ ਜਾਣੇ ਹਨ। ਉਹਨਾਂ ਨੂੰ ਇੱਟ ਉੱਤੇ ਇੱਟ ਰੱਖ ਕੇ, ਇੱਟ ਉੱਤੇ ਇੱਟ ਰੱਖਣਾ ਵੀ ਨੀਹਾਂ ਵਿੱਚ ਚਿਣਵਾ ਦੇਣਾ। ਇੱਥੇ ਖੜੇ ਕੀਤਾ ਸਾਹਿਬਜ਼ਾਦਿਆਂ ਨੂੰ, 7 ਸਾਲ ਤੇ 9 ਸਾਲ ਦੀਆਂ ਜਿੰਦਾਂ ਨੂੰ ਖੜੇ ਕਰਕੇ ਉਹਨਾਂ ਤੇ ਇੱਟ ਦੀ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ। ਜਲਾਦ ਨੇ, ਜਿਸ ਨੂੰ ਸਰਹੰਦ ਦੇ ਨਵਾਬ ਨੇ ਹੁਕਮ ਕੀਤਾ, ਉਸ ਜਲਾਦ ਨੇ ਕੀ ਕੀਤਾ? ਬੜੀ ਬੇਰਹਿਮੀ ਦੇ ਨਾਲ, ਬਹੁਤ ਹੀ ਬੇਰਹਿਮੀ ਦੇ ਨਾਲ, ਜਿਸ ਅੰਦਰ ਕੋਈ ਭਾਵਨਾ ਨਹੀਂ ਹੈ, ਮਨੁੱਖੀ ਭਾਵਨਾ ਹੈ ਹੀ ਨਹੀਂ, ਕੋਈ ਪਿਆਰ ਦੀ ਭਾਵਨਾ ਹੀ ਨਹੀਂ ਹੈ, ਉਹਨੇ ਇੱਟ ਦੇ ਇੱਟ ਰੱਖ ਕੇ, ਜਿਵੇਂ ਆਪਾਂ ਸੀਮਟ ਲਗਾ ਕੇ ਰੇਤਾ ਦਾ ਮਿਕਸਚਰ ਬਣਾ ਕੇ ਇੱਟ ਤੇ ਉੱਟ ਰੱਖ ਕੇ ਉਹਨੇ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ ਬੱਚਿਆਂ ਦੇ ਉੱਪਰ। ਕਹਿੰਦੇ ਅੱਜ ਉਹਨਾਂ ਦੀ ਚਮਕ ਉਹਨਾਂ ਨੇ ਲੁਕਾ ਦੇਣੀ। ਕਿਹਨਾਂ ਦੀ ਚਮਕ? ਹੀਰਿਆਂ ਦੀ ਚਮਕ। ਹੀਰੇ ਮੀਨਸ ਛੋਟੇ ਸਾਹਿਬਜ਼ਾਦੇ। ਉਹਨਾਂ ਦੀ ਚਮਕ ਅੱਜ ਲੁਕ ਜਾਣੀ, ਮੀਨਸ ਉਹ ਦਿਖਾਈ ਨਹੀਂ ਦੇਣੀ, ਉਹ ਸਾਹਿਬਜ਼ਾਦੇ ਹੁਣ ਦਿਖਾਈ ਨਹੀਂ ਦੇਣੇ ਹਨ। ਬੱਚੇ ਟਾਈਮਲੀ ਐਂਟਰ ਕਰਿਆ ਕਰੋ, ਜੁਆਇਨ ਕਰਿਆ ਕਰੋ ਕਲਾਸ, 10 ਮਿੰਟ ਹੋ ਗਏ ਹੈ ਬੱਚੇ, ਲੇਟ ਐਂਟਰੀ ਅਸੈਪਟ ਨਹੀਂ ਹੋਏਗੀ ਬੱਚੇ। ਹੁਣ ਬੀ ਰੈਗੂਲਰ ਬੇਟੇ, ਬੀ ਪੰਕਚੁਅਲ। ਮਾਤਾ ਗੁਜਰੀ ਜੀ ਕੀ ਕਹਿੰਦੇ ਨੇ? ਨੀ ਛਾਤੀ ਨਾਲ ਮੈਂ ਲਾ ਲਏ ਜਾਂ ਉਹ ਉਛਲੀ ਭਰਨ ਕਲਾਵੇ, ਜਾਂ ਉਛਲੀ, ਕੌਣ ਉਛਲੀ? ਹੁਣੀ ਉਛਲ ਕੇ ਉਹਨਾਂ ਨੂੰ ਜੱਫੀ ਚ ਲੈਣ ਲੱਗੀ ਤਾਂ ਮੈਂ ਘੁੱਟ ਕੇ ਉਹਨਾਂ ਨੂੰ ਛਾਤੀ ਨਾਲ ਲਾ ਲਿਆ। ਕਿੰਨੀ ਇਮੋਸ਼ਨਲ ਹੈ ਇਹ ਭਾਵਨਾ, ਕਿੰਨੀ ਜਜ਼ਬਾਤੀ ਹੈ ਕਿ ਆਪਾਂ ਪੜ੍ਹਨ ਵਾਲਿਆਂ ਦੇ ਮਨ ਵੀ ਜਿਹੜੇ ਨੇ ਉਹ ਭਿੱਜ ਜਾਂਦੇ ਨੇ, ਅੱਖਾਂ ਵਿੱਚ ਪਾਣੀ ਆ ਜਾਂਦਾ। ਅਜਿਹੀ ਸੀਨ ਆਪਾਂ ਜੇ ਦੇਖੀਏ ਤਾਂ ਕੀ ਵਾਪਰੀ ਹੋਈ ਹੋਣੀ ਹੈ ਉਹਨਾਂ ਬੱਚਿਆਂ ਦੇ ਨਾਲ, ਤੇ ਮਾਤਾ ਗੁਜਰੀ ਜੀ ਦੇ ਲਈ ਉਹ ਕਿੱਦਾਂ ਅਸਹਿ ਹੋਣਾ ਹੈ ਉਹ ਵਿਛੋੜਾ, ਕਿ ਅੱਜ ਹੀਰਿਆਂ ਦੀ ਚਮਕ
मेरे तो लुक जानी है, मैनू दिखाई नहीं देनी। ते जदों लग्या कि जड़ी उछल के उन्हें होनी ने, उन्होंने उछल के अपने कलावे विच लै लिया। कलावे मीन जफ्फी विच लै लिया, मीनिंग देखो कलावे का की अर्थ है, जफ्फी, जफ्फा मार लिया, जफ्फा मार लिया। किसने? होनी ने उछल के एकदम पकड़ लिया। तो की किया माता गुजरी ने, छाती ना ला ले दोवे, उठ के छाती ना ला ले, रात नू उठ के, अद्धी रात नू उठ के, कि जेडे विछोड़े दे सल ने वह चले नहीं जाते, विछोड़े दे तीर नी छाती नाल मैं ला ले, जा उछली भरन कलावे, अद्धी रात मां गुजरी अपने चंदा दिया घोड़िया पई गावे। अद्धी रात नू मां ने उठ के, माता गुजरी जी ने, दादी जी ने उठ के उन्हां बच्चों नू छाती नाल ला लिया कि मेरे कोलो बच्चे दूर ना हो जा। अजे विछोड़े दे तीर जो लगे ने उन्होंने सल, एडा विछोड़े का जरा जिन्हें बलूंदर के रख दिता, दुख सलमी दुख तीर ओ सहन करना मुश्किल हो गया। वह घोड़ियां गा के प्रगट करते हैं, घोड़ियां गा के, एक घोड़ी है, काव रूप है, जरा माता गुजरी जी टाइटल दिता कविता का, एक काव रूप घोड़ी है। नैक्सट पैरा, एक दिन पुछदे सी दादी पिता जी कोल कद जाना है, पिता जी तो भाव कौन है? यस बेटे, कौन दसेगा पिता जी तो की भाव है? यस बच्चे, रेज योर हैंड्स। प्रतीक्षा, यस बेटे, दादा जी। दादा जी का नेम? दादा जी का नाम गुरु गोबिंद सिंह। गुरु तेग बहादुर गुरु, गुरु गोबिंद सिंह जी का आप ही युद्धा जंगा दे विच लड़ रहे ने मुगलों के नाल, पहाड़ी राजियां दे नाल, ते चमकौर की गड़ी च वड्डे साहिबजादे शहीद हो गए ने। गुरु गोबिंद सिंह जी तो अपना नजारा मान रहे ने कि उन्होंने साहिबजादे उन्होंने अखा सामने ही जा रहे ने, ई ना मनते हुए मुगल सरकार की, मुगल हाकम की नीह विच चिनवाना उन्होंने अपने आप नूं कबूल कर लिया। किदे कोल जा रहे ने? अपने दादा जी दे कोल। दादा जी कौन ने? नौवें पातशाह गुरु तेग बहादुर जी, जो कि ऑलरेडी कश्मीरी पंडतों की रक्षा खातर, हिंदू की, हिंदू धर्म की रक्षा खातर शहादत प्राप्त कर चुके ने दिल्ली के चांदनी चौंक, औरंगजेब के हुक्म अनुसार। तो एक दिन की कहिंदे ने माता गुजरी जी घोड़ियां गा के कहिंदे ने कि एक दिन मैनू की पुछदे सन कि असीं अपने दादा जी दे कोल किस वेले जाना है, मीन्स वो त्यार बर त्यार ने कि अपने दादा जी कोल जाइए, जिन्होंने गुरु गोबिंद सिंह जी ने 9 साल की उम्र में कश्मीरी पंडतों की रक्षा लई दिल्ली के चांदनी चौंक विच शहादत लई भेज दिता सी। कहिंदे एक दिन पुछदे दादी पिता जी कोल असीं कद जाना, पिता जी भाव, पिता जी तो भाव है दादा जी, दादा जी गुरु तेग बहादुर जी, इन्हां दे दादा गुरु तेग बहादुर जी नौवें पातशाह, नौवें पातशाह सिखां दे नौवें गुरु। देखो नौवें गुरु से बांध तक अपन ने गुरु तेग बहादुर जी, गुरु हरगोबिंद जी, गुरु अर्जन देव जी जी लाने हैं। उस तो जो दसवें गुरु पातशाह गुरु गोबिंद सिंह जी ने जो खालसा पंथ की साजना की ना, उदो सिंह शबर लग गया फिर गुरु गोबिंद सिंह जी। उस तो पहले जिन्हें भी 9 गुरु ने ना उन्हें देव जी लाने हैं, ठीक है। खालसा पंथ की साजना किने की? गुरु गोबिंद सिंह जी ने। तो एक सिंह शब्द दिता, एक आइडेंटिटी दिती खालसे, एक नवा रूप दिता। की कहिंदे आ? ऐतकी तां रज रज के असी हस हस गल लग जाना है। कहिंदा जदों असी दादा जी कोल जाना है, इस वारी जदों सानू पिता जी मिले, साडे दादा जी मिले, गुरु तेग बहादुर जी मिले, तां असी हस हस के खूब नच टप के रज रज के उन्हां नूं गले जा मिलना है। किन्हां नूं मिलना है गले? तेग बहादुर जी नूं। किन्हां नूं बेटे मिलना? तेग बहादुर जी नूं। अगली लाइन, एक एक बोल चंद्रा नी मेरे धूक लेजे नूं पावे। कहिंदे उन्हां बच्चियां दी एक एक गल, ये माता गुजरी जी बयान कर रहे दुख। कहिंदे वो माता गुजरी जी कह रहे ने मैनूं उन्हां बच्चियां दा, जदों उन्हां नूं नीहां विच चिनवाया नहीं सी गया कि एक दिन मेरे नाल ये गल्लां बातां कर रहे सी, वो गल्लां सच हो गईआं। कहिंदे सी असीं अपने दादा जी कोल कदों जाणा, ते हुण चले गए।
ਕਹਿੰਦੇ ਸੀ ਅਸੀਂ ਤਾਂ ਆਪਣੇ ਦਾਦਾ ਜੀ ਨੂੰ ਹੱਸ ਹੱਸ ਕੇ ਮਿਲਣਾ। ਕਹਿੰਦੇ ਇੱਕ ਇੱਕ ਉਹਨਾਂ ਬੱਚਿਆਂ ਦਾ ਬੋਲ ਚੰਦਰਾ, ਚੰਦਰਾ ਮੀਨਸ ਮਾੜਾ, ਮੈਨੂੰ ਪਤਾ ਨਹੀਂ ਕਿਹੜਾ ਸਮਾਂ ਸੀ ਜਦੋਂ ਉਹਨਾਂ ਨੇ ਇਹ ਮੂੰਹ ਚੋਂ ਸ਼ਬਦ ਕੱਢੇ ਸਨ ਕਿ ਅਸੀਂ ਆਪਣੇ ਦਾਦਾ ਜੀ ਕੋਲ, ਦਾਦਾ ਜੀ ਕੋਲ ਕਦੋਂ ਜਾਣਾ। ਉਹ ਸੱਚ ਹੋ ਗਏ, ਉਹ ਮੈਨੂੰ ਕਲੇਜੇ ਨੂੰ ਮੇਰੇ ਨੂੰ ਦੁੱਖ ਦਿੰਦੇ ਨੇ, ਧੂਹ ਪਾਉਂਦੇ ਮੀਨਸ ਖਿੱਚ ਪਾਉਂਦੇ ਨੇ, ਮੈਨੂੰ ਵਲੁੰਦਰਦੇ ਨੇ, ਮੈਨੂੰ ਦੁੱਖ ਦਿੰਦੇ ਨੇ ਕਿ ਜਿਹੜੇ ਸ਼ਬਦ ਉਹ ਕਹਿੰਦੇ ਸਨ ਅਸੀਂ ਤਾਂ ਦਾਦਾ ਜੀ ਕੋਲ ਜਾਣਾ, ਹੱਸ ਹੱਸ ਕੇ ਉਹਨਾਂ ਨੂੰ ਗੱਲ ਲਾ ਕੇ ਮਿਲਣਾ, ਰੱਜ ਰੱਜ ਕੇ ਮਿਲਣਾ, ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਨੇ। ਅੱਜ ਉਹਨਾਂ ਦਾ ਇੱਕ ਇੱਕ ਬੋਲ ਮੇਰੇ ਕਲੇਜੇ ਨੂੰ ਖਿੱਚ ਪਾਉਂਦਾ, ਮੈਨੂੰ ਦੁੱਖ ਦਿੰਦਾ। ਮਾਤਾ ਗੁਜਰੀ ਜੀ ਅੱਧੀ ਅੱਧੀ ਰਾਤ ਉੱਠ ਕੇ ਆਪਣੇ ਪੋਤਰਿਆਂ ਦੇ ਵਿਛੋੜੇ ਦੀਆਂ ਘੋੜੀਆਂ ਪਏ ਗਾਉਂਦੇ ਨੇ। ਲਾਸਟ ਲਾਈਨ ਫਿਰ ਹੈ, ਅੱਧੀ ਅੱਧੀ ਰਾਤ ਮਾਤਾ ਗੁਜਰੀ ਜੀ ਚੰਦਾਂ ਦੀਆਂ ਘੋੜੀਆਂ ਪਏ ਗਾਵਨ। ਲਾਸਟ ਪੈਰਾ, ਕੱਲ ਮੇਰੇ ਕੋਲ ਵਸਦੇ, ਅੱਜ ਨਜ਼ਰ ਕਿਤੇ ਨਾ ਆਉਂਦੇ। ਕਹਿੰਦੇ ਕੱਲ ਤਾਂ ਮੇਰੇ ਕੋਲ ਸਨ, ਉਹ ਸਮਾਂ ਕੋਈ ਦੂਰ ਨਹੀਂ ਲੰਘਿਆ, ਅਜੇ ਕੱਲ ਦੀ ਗੱਲ ਹੈ ਕਿ ਉਹ ਮੇਰੇ ਛੋਟੇ ਪੋਤਰੇ, ਮੇਰੇ ਲਾਲ, ਮੇਰੇ ਲਾਡਲੇ ਜਦੋਂ ਕਿ ਮੇਰੇ ਨਾਲ ਆਏ ਸਨ ਅਨੰਦਪੁਰ ਦਾ ਕਿਲਾ ਛੱਡਣ ਸਮੇਂ, ਸਰਸਾ ਨਦੀ ਤੇ ਜਦੋਂ ਵਿਛੋੜਾ ਪੈ ਗਿਆ ਸੀ ਤਾਂ ਮੇਰੇ ਨਾਲ ਆਏ ਸਨ, ਤੇ ਅੱਜ ਮੈਨੂੰ ਕਿਧਰੇ ਦਿਖਾਈ ਨਹੀਂ ਦਿੰਦੇ, ਉਹ ਤਾਂ ਮੇਰੇ ਨਾਲ ਦਿਲ ਵਿੱਚ ਮੇਰੇ ਨਾਲ ਵਸਦੇ ਸਨ। ਅੱਜ ਮੈਨੂੰ ਕਿਸੇ ਪਾਸੇ ਵੀ ਮੇਰੇ ਹੀਰਿਆਂ ਦੀ ਜੋੜੀ ਉਹ ਮੈਨੂੰ ਦਿਖਾਈ ਨਹੀਂ ਦਿੰਦੀ। ਨਿੱਕੇ ਨਿੱਕੇ ਉਧਰੇ ਹੋਏ, ਉਧਰੇ ਮਤਲਬ ਘਬਰਾਏ ਹੋਏ, ਉਦਾਸੇ ਹੋਏ, ਉਧਰੇ ਉਦਾਸੇ ਘਬਰਾਏ। ਕਹਿੰਦੇ ਅੱਜ ਮੈਨੂੰ ਮੇਰੇ ਲਾਡਲੇ ਪੋਤਰੇ, ਨਿੱਕੇ ਨਿੱਕੇ ਮਾਸੂਮ, ਮਾਸੂਮ ਨਿੱਕੇ ਨਿੱਕੇ ਮਾਸੂਮ ਹੈ ਆਪਾਂ ਕਹਿੰਦੇ ਹਾਂ ਨਾ ਉਹਨਾਂ ਲਈ, ਨਿੱਕੀਆਂ ਜਿੰਦਾਂ ਵੱਡੇ ਸਾਕੇ, ਨਿੱਕੇ ਨਿੱਕੇ ਮਾਸੂਮ ਵਿਚਾਰੇ ਜਿਨ੍ਹਾਂ ਦੀ ਹੱਸਣ ਖੇਡਣ ਦੀ ਉਮਰ ਸੀ 7 ਸਾਲ ਦੀ ਉਮਰ ਤੇ 9 ਸਾਲ ਦੀ। ਆਪਾਂ ਜੇ ਇਮੈਜੀਨੇਸ਼ਨ ਯਾਦ ਕਰਕੇ ਦੇਖੋ, 7 ਸਾਲ ਦੇ ਬੱਚੇ ਕੀ ਹੁੰਦੇ ਨੇ ਤੇ 9 ਸਾਲ ਦੇ ਕਿੱਦਾਂ, ਉਹ ਤਾਂ ਆਪਣੇ ਮਾਂ ਦਾ ਪੱਲਾ ਨਹੀਂ ਛੱਡਦੇ ਕਦੇ, ਕਿੱਦਾਂ ਜ਼ਿੱਦ ਕਰਦੇ ਨੇ, ਕਿੱਦਾਂ ਪਿਆਰ ਲੋਚਦੇ ਨੇ ਕਿ ਪਿਆਰ ਚਾਹੀਦਾ ਉਹਨਾਂ ਨੂੰ, ਤੇ ਉਹ ਬੱਚੇ ਇੰਨੇ ਹਿੰਮਤੀ, ਇੰਨੇ ਉਤਸ਼ਾਹ ਵਾਲੇ ਕਿ ਕੁਰਬਾਨੀ ਦੇਣ ਵਾਲੇ, ਕੁਰਬਾਨੀ ਦੇ ਪੁਤਲੇ, ਜਿਨ੍ਹਾਂ ਨੇ ਛੋਟੀਆਂ ਉਮਰਾਂ ਵਿੱਚ ਹੀ ਹੱਸ ਹੱਸ ਕੇ ਆਪਣੇ ਆਪ ਨੂੰ ਕੁਰਬਾਨ ਕਰ ਲਿਆ, ਪਰ ਈਨ ਨਹੀਂ ਮੰਨੀ, ਇਸਲਾਮ ਧਰਮ ਕਬੂਲ ਨਹੀਂ ਕੀਤਾ। ਅੱਜ ਕਿਸੇ ਪਾਸੇ ਨਜ਼ਰ ਨਹੀਂ ਆਉਂਦੇ ਉਹ ਮੇਰੇ ਨਿੱਕੇ ਨਿੱਕੇ ਮਾਸੂਮ ਲਾਲ, ਕਿਹਨੂੰ ਹੋਣਗੇ ਦਰਦ ਸੁਣਾਵਾਂ। ਕਹਿੰਦਾ ਮੈਂ ਕਿਹਨੂੰ ਉਹਨਾਂ ਦਾ ਦਰਦ, ਵਿਛੋੜੇ ਦਾ ਦਰਦ ਸੁਣਾਵਾਂ ਕਿ ਮੇਰੇ ਲਾਲ ਮੇਰੇ ਤੋਂ ਵਿਛੜ ਗਏ ਨੇ, ਮੈਨੂੰ ਕੋਈ ਦਿਖਾਈ ਨਹੀਂ ਦਿੰਦਾ, ਮੈਂ ਆਪਣਾ ਹਾਲ, ਮੈਂ ਆਪਣੇ ਬੱਚਿਆਂ ਦਾ ਹਾਲ, ਉਹ ਨਿੱਕੇ ਨਿੱਕੇ ਮਾਸੂਮ ਬੱਚਿਆਂ ਦੀ ਹਾਲਤ ਮੈਂ ਕਿਸ ਅੱਗੇ ਬਿਆਨ ਕਰਾਂ, ਦਰਦ ਸੁਣਾਵਾਂ ਮੈਂ ਕਿਸ ਅੱਗੇ ਦੁੱਖ ਬਿਆਨ ਕਰਾਂ, ਜਿਹੜੇ ਕਿ ਬਹੁਤ ਹੀ ਸਹਿਮੇ ਹੋਏ ਹੋਣਗੇ। ਵਿਚਾਰੀ ਯਾਦ ਕਰਦੀ ਦਾਦੀ ਮਾਂ ਕਿੰਨੇ ਘਬਰਾ ਗਏ ਹੋਣਗੇ ਜਦੋਂ ਉਹਨਾਂ ਨੇ ਦੇਖਣਾ ਮੇਰੀ ਸਾਡੀ ਦਾਦੀ ਸਾਡੇ ਕੋਲ ਨਹੀਂ ਹੈ, ਤੇ ਜਲਾਦ ਉਹਨਾਂ ਦੇ ਉੱਪਰ ਇੱਟੇ ਇੱਟ ਰੱਖ ਕੇ ਉਹਨਾਂ ਨੂੰ ਨੀਹਾਂ ਵਿੱਚ ਨਵਾਉਂਦਾ ਜਾ ਰਿਹਾ। ਵਿਚਾਰੇ ਕਿਸ ਨੂੰ ਦੇਖਦੇ ਹੋਣਗੇ ਉਸ ਸਮੇਂ, ਉਹਨਾਂ ਨੂੰ ਆਪਣੀ ਦਾਦੀ ਵੀ ਨਜ਼ਰ ਨਹੀਂ ਆਏਗੀ, ਤੇ ਦਾਦੀ ਕਹਿੰਦੀ ਹੈ ਕਿ ਮੈਂ ਆਪਣੇ ਬੱਚਿਆਂ ਦਾ, ਨਿੱਕੇ ਨਿੱਕੇ ਮਾਸੂਮ ਬੱਚਿਆਂ ਦਾ ਦਰਦ ਕਿਸ ਅੱਗੇ ਬਿਆਨ ਕਰਾਂ, ਮੇਰੇ ਲਈ ਤਾਂ ਬਿਆਨ ਕਰਨਾ ਔਖਾ ਹੋ ਗਿਆ। ਅੱਗੇ ਲਾਸਟ ਲਾਈਨ, ਸੈਕਿੰਡ ਲਾਸਟ ਲਾਈਨ, ਵੇ ਲੱਭ ਤੇ ਸਹੀ ਨੂਰਪੁਰੀ, ਕਵੀ ਨੇ ਹੁਣ ਆਪਣਾ ਜਿਹੜਾ ਗੀਤ ਗਾਇਆ ਹੈ ਨਾ, ਕਵੀ ਨੇ ਵੀ ਉਸ ਭਾਵਨਾ ਨਾਲ ਹੀ ਗਾਇਆ। ਨੰਦ ਲਾਲ ਨੂਰਪੁਰੀ ਨੇ ਲਾਸਟ ਆਪਣਾ ਨਾਮ ਦਿੱਤਾ, ਵੇ ਲੱਭ ਤੇ ਸਹੀ ਨੂਰਪੁਰੀ, ਮੇਰੇ ਨੈਣਾਂ ਨੂੰ ਨੀਂਦ ਨਾ ਆਵੇ। ਅੰਤ ਵਿੱਚ ਕਵੀ ਨੰਦ ਲਾਲ ਨੂਰਪੁਰੀ ਜੀ ਕਹਿੰਦੇ ਨੇ, ਮਾਤਾ ਗੁਜਰੀ ਦੀ ਕੀ ਭਾਵਨਾ, ਕੋਈ ਲੱਭ ਤਾਂ ਲਿਆਓ ਮੇਰੇ ਲਾਲਾਂ ਨੂੰ, ਕਿਤੋਂ ਲੱਭ ਲਿਆਓ ਮੇਰੇ ਲੱਭਾਂ ਨੂੰ, ਲੱਭੋ ਤਾਂ ਸਹੀ ਕਿੱਥੇ ਚਲੇ ਗਏ ਜਿਹੜੇ ਨਜ਼ਰ ਨਹੀਂ ਆਉਂਦੇ, ਮੇਰੀਆਂ ਅੱਖਾਂ ਨੂੰ ਮੇਰੇ ਪੋਤਰਿਆਂ ਤੋਂ ਬਗੈਰ ਨੀਂਦ ਕਿਵੇਂ ਆਏਗੀ, ਮੇਰੀਆਂ ਅੱਖਾਂ 'ਚ ਨੀਂਦ ਨਹੀਂ ਆਉਣੀ, ਕਿ ਮੇਰੇ ਪੋਤਰਿਆਂ ਤੋਂ ਬਿਨਾਂ ਮੈਂ ਕਿੱਦਾਂ ਚੈਨ ਦੀ ਨੀਂਦ ਸੌਂਗੀ। ਇਤਿਹਾਸ ਗਵਾਹ ਹੈ ਕਿ ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਸ਼ਹਾਦਤ ਪ੍ਰਾਪਤ ਕਰਕੇ ਸੀ ਜਦੋਂ ਜਲਾਦ ਨੇ ਉੱਧਰ ਨੀਹਾਂ ਵਿੱਚ ਨਵਾਇਆ ਛੋਟੇ ਸਾਹਿਬਜ਼ਾਦਿਆਂ ਨੂੰ। ਇਹ ਅਗਲੀ ਭਾਵਨਾ ਇਹ ਹੈ, ਇਹ ਕਵਿਤਾ ਇੱਥੇ ਕੰਪਲੀਟ ਹੋ ਜਾਂਦੀ ਹੈ, ਪਰ ਇਤਿਹਾਸ ਆਪਾਂ ਜਦੋਂ ਪੜ੍ਹਦੇ ਹਾਂ ਕਿ ਮਾਤਾ ਗੁਜਰੀ ਜੀ ਪੋਤਰਿਆਂ ਦਾ ਦੁੱਖ ਬਰਦਾਸ਼ਤ ਨਾ ਕਰਦੀ ਹੋਈ ਠੰਡੇ ਬੁਰਜ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ। ਅਸੀਂ ਕੋਟ ਕੋਟ ਪ੍ਰਣਾਮ ਕਰਦੇ ਹਾਂ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ, ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ। ਇੰਨੀਆਂ ਠੰਡਾਂ ਦਾ ਸਮਾਂ, ਦਸੰਬਰ ਦਾ ਐਂਡ ਤੇ ਜਨਵਰੀ ਦਾ ਮਿਡ, ਕਿੰਨੀਆਂ ਠੰਡਾਂ ਨੇ, ਕਿੰਨੀ ਸਰਦੀ ਸਾਨੂੰ ਤੰਗ ਕਰਦੀ ਹੈ,
ਤੇ ਉਹ ਬੱਚੇ ਘਬਰਾਏ ਨਹੀਂ, ਸਹਿਮੇ ਹੋਏ ਨਾ, ਕੋਈ ਉਹਨਾਂ ਦੇ ਕੋਲ ਵਿਛੋਣਾ ਹੈ ਨਾ, ਉਹਨਾਂ ਦੇ ਕੋਲ ਕੋਈ ਨਰਮ ਵਿਛੋਣੇ ਨੇ ਨਾ, ਕੋਈ ਉਹਨਾਂ ਨੂੰ ਕੋਈ ਸੁੱਖ ਸਹੂਲਤ ਹੈ। ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਨਵਾਬ ਵਜ਼ੀਰ ਖਾਂ ਦੇ ਹੁਕਮ ਅਨੁਸਾਰ, ਫਿਰ ਨੀਹਾਂ ਵਿੱਚ ਚਿਣਵਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਤੇ ਮਾਤਾ ਗੁਜਰੀ ਤੋਂ ਇਹ ਵਿਛੋੜਾ ਸਿਆ ਨਹੀਂ ਗਿਆ, ਉਹਨਾਂ ਨੇ ਘੋੜੀਆਂ ਗਾਈਆਂ ਪਹਿਲਾਂ ਉਹਨਾਂ ਬੱਚਿਆਂ ਦੀਆਂ, ਕਿ ਮੈਂ ਤਾਂ ਉਹਨਾਂ ਦੇ ਸ਼ਗਨ ਕਰਨੇ ਸਨ, ਪਰ ਉਹਨਾਂ ਨੂੰ ਤਾਂ ਮੌਤ ਦੀ ਲਾੜੀ ਵਿਆਹ ਕੇ ਲੈ ਗਈ ਹੈ। ਤੇ ਮਾਤਾ ਗੁਜਰੀ ਜੀ, ਇਹ ਇਤਿਹਾਸ ਗਵਾਹ ਹੈ ਕਿ ਮਾਤਾ ਗੁਜਰੀ ਥੋੜੇ ਸਮੇਂ ਵਿੱਚ ਜਿੱਧਰ ਉੱਧਰ ਬੱਚਿਆਂ ਦੀ, ਜਦੋਂ ਬੱਚਿਆਂ ਦੇ ਥੋੜੇ ਥੋੜੇ ਸਾਹ ਚੱਲਦੇ ਸਨ ਨਾ, ਤਾਂ ਜਲਾਦ ਨੇ ਦੇਖਿਆ ਨਾ ਕੰਧ ਢਹਿ ਪਈ, ਡਿੱਗ ਪਈ, ਤਾਂ ਉਹ ਡਿੱਗ ਪਏ ਬੱਚੇ, ਤਾਂ ਉਹਨਾਂ ਨੇ ਉਹਨਾਂ ਨੂੰ ਇੱਥੋਂ ਗਰਦਨ ਤੇ ਕੱਟ ਲਾਤਾ, ਵੱਢ ਦਿੱਤਾ, ਕਿ ਇਹਨਾਂ ਦੇ ਤੇ ਅਜੇ ਵੀ ਸਾਹ ਚੱਲਦੇ ਪਏ ਨੇ ਨੀਹਾਂ ਵਿੱਚ ਚਿਣਵਾਉਣ ਤੋਂ ਬਾਅਦ ਵੀ। ਤੇ ਦੂਸਰੇ ਪਾਸੇ ਮਾਤਾ ਗੁਜਰੀ ਜੀ, ਜੋ ਕਿ ਉਹਨਾਂ ਨੂੰ ਯਾਦ ਕਰ ਰਹੇ ਨੇ, ਠੰਡੇ ਬੁਰਜ ਦੇ ਵਿੱਚ ਕੈਦ ਨੇ, ਉੱਥੇ ਉਹ ਆਪਣੇ ਆਪ ਹੀ ਉਹਨਾਂ ਨੇ ਜਾਨ ਤਿਆਗ ਦਿੱਤੀ, ਪ੍ਰਾਣ ਤਿਆਗ ਦਿੱਤੇ, ਸ਼ਹਾਦਤ ਉਹਨਾਂ ਨੇ ਵੀ ਉਸੇ ਵੇਲੇ ਪ੍ਰਾਪਤ ਕਰ ਲਈ। ਅੱਧੀ ਅੱਧੀ ਰਾਤ ਤੱਕ ਮਾਂ ਗੁਜਰੀ ਉੱਠ ਕੇ ਪੋਤਰਿਆਂ ਦੇ ਵਿਛੋੜੇ ਦੇ, ਮੌਤ ਦੇ ਸੱਲ ਦੇ, ਮੌਤ ਦੇ ਦੁੱਖ ਦੇ ਘੋੜੀ ਦੁੱਖ ਦਰਦ ਨੂੰ ਬਿਆਨ ਕਰਦੀ ਹੈ। ਹਾਂਜੀ ਬੇਟੇ, ਐਨੀ ਡਾਊਟ, ਕਿਸੇ ਨੂੰ ਕੋਈ ਡਾਊਟ, ਰੇਜ ਯੂਅਰ ਹੈਂਡ ਬੱਚੇ। ਯੈਸ ਬੱਚੇ, ਫਿਰ ਆਪਾਂ ਕੁਸ਼ਚਨ ਆਨਸਰ ਵਨ ਮਾਰਕ ਕਰੀਏ। ਗੁੱਡ, ਸਭ ਨੂੰ ਕਲੀਅਰ ਹੋ ਗਈ ਬੇਟੇ, ਇੱਕ ਇੱਕ ਵਰਡ ਦਾ ਮੀਨਿੰਗ ਕਲੀਅਰ ਹੋ ਗਿਆ। ਜਿਹੜੇ ਵਰਡ ਮੀਨਿੰਗ ਨੇ ਨਾ, ਉਹ ਆਪਣੇ ਆਪ ਵਿੱਚ ਵਨ ਮਾਰਕ ਕੁਸ਼ਚਨ ਹੈ, ਸਾਰੇ ਵਰਡ ਮੀਨਿੰਗ। ਪਹਿਲਾਂ ਹੁਣ ਆਪਾਂ ਸਾਰੇ ਵਰਡ ਮੀਨਿੰਗ ਦੇ ਕੁਸ਼ਚਨ ਆਨਸਰ ਕਰ ਲਈਏ ਟੇਬਲ ਬਣਾ ਕੇ, ਠੀਕ ਹੈ ਬੱਚੇ? ਫਿਰ ਆਪਾਂ ਵਨ ਮਾਰਕ ਕੁਸ਼ਚਨ ਕਰਦੇ ਹਾਂ ਅੱਜ ਆਪਾਂ ਕੰਪਲੀਟ ਕਰ ਲੈਣੀ ਹੈ, ਕਿਉਂਕਿ ਫਿਰ ਆਪਣੀ 2 ਡੇਜ਼ ਕਲਾਸ ਨਹੀਂ ਹੈ। ਤੁਸੀਂ 2 ਡੇਜ਼ 'ਚ ਆਪਣਾ ਸਾਰਾ ਕੰਮ ਕੰਪਲੀਟ ਕਰ ਲੈਣਾ ਪੈਂਡਿੰਗ, ਬੇਬੇ ਵਾਰਤਕ ਲੇਖ ਤੇ ਵੱਡੇ ਪ੍ਰੇਸ਼ਨ ਕਰ ਲੈਣੇ ਹਨ, 2 ਲੇਖ ਤੁਹਾਡੇ ਕੰਪਲੀਟ ਹੋ ਜਾਣੇ ਚਾਹੀਦੇ ਨੇ ਨੋਟਬੁੱਕ ਤੇ ਪ੍ਰੋਪਰ ਵੇ ਨਾਲ, ਮਹਿੰਗਾਈ ਦੀ ਸਮੱਸਿਆ ਤੇ ਪ੍ਰਦੂਸ਼ਣ ਤੇ ਮਾਤਾ ਗੁਜਰੀ ਜੀ ਨੇ ਕਵਿਤਾ ਦੇ ਵਨ ਮਾਰਕ ਕੁਸ਼ਚਨ। ਹੁਣ ਆਪਾਂ ਵਨ ਮਾਰਕ ਕੁਸ਼ਚਨ ਕਰੀਏ, ਇੱਧਰ ਸ਼ਬਦ ਲਿਖਾਂਗੇ, ਇੱਧਰ ਅਰਥ ਲਿਖਾਂਗੇ, ਠੀਕ ਹੈ? ਫਿਰ ਤੁਸੀਂ ਫਿਰ ਨੋਟਬੁੱਕ ਤੇ ਵਨ ਮਾਰਕ ਕੁਸ਼ਚਨ ਦੇ ਰੂਪ ਚ ਆਪਾਂ ਸਿਰਫ ਪਹਿਲਾਂ ਮੀਨਿੰਗ ਲਿਖ ਲਈਏ, ਮੀਨਿੰਗ ਕਿਹੜੇ ਕਿਹੜੇ ਨੇ ਫਸਟ ਪੈਰੇ ਦੇ ਵਿੱਚ। ਯੈਸ ਬੇਟੇ, ਫਿਰ ਆਪਾਂ ਵਨ ਮਾਰਕ ਕੁਸ਼ਚਨ ਕਰਦੇ ਹਾਂ। ਫਸਟ ਪੈਰੇ ਦੇ ਵਿੱਚ ਚੰਦਾ ਤੋਂ ਕੀ ਭਾਵ ਹੈ? ਚੰਦਾ ਤੋਂ ਭਾਵ, ਚੰਦਾ ਮੀਨਸ ਪੋਤਰੇ, ਮਾਤਾ ਗੁਜਰੀ ਜੀ ਦੇ ਪੋਤਰੇ, ਇਸ ਤਰ੍ਹਾਂ ਹੀ ਲਿਖ ਲਓ ਬੇਟੇ, ਜਾਂ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ। ਸੈਕਿੰਡ, ਪਿੰਡੀਆਂ, ਪਿੰਡੀਆਂ ਤੇ ਕੀ ਕਰਨਾ ਸੀ ਉਹਨਾਂ ਨੇ? ਹੱਥ ਫੇਰ ਲੋਹੜੀ ਵੰਡਣੀ ਸੀ। ਪਿੰਡੀਆਂ ਮੀਨਸ ਸਰੀਰ, ਪਿੰਡੀਆਂ ਤੋਂ ਭਾਵ ਕੀ ਹੈ? ਸਰੀਰ। ਨੈਕਸਟ ਹੈ ਝੱਲਿਆ, ਕਿ ਵਿਛੋੜਾ ਝੱਲਿਆ ਨਾ ਜਾਏ, ਝੱਲਿਆ ਦਾ ਮੀਨਿੰਗ ਕੀ ਹੈ? ਸਹਾਰਿਆ, ਸਹਾਰਿਆ, ਠੀਕ ਹੈ ਬੱਚੇ? ਨੈਕਸਟ ਹੈ ਹੀਰਿਆਂ ਦੀ ਜੋੜੀ, ਹੀਰੇ ਮੀਨਸ, ਹੀਰਿਆਂ ਦੀ ਜੋੜੀ ਮੀਨਸ ਸਾਹਿਬਜ਼ਾਦੇ, ਹੀਰਿਆਂ ਦੀ ਜੋੜੀ, ਇੱਥੇ ਨੇਮ ਲਿਖ ਲਓ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਠੀਕ ਹੈ ਬੱਚੇ? ਕਲੀਅਰ ਹੈ ਬੇਟੇ? ਨੈਕਸਟ, ਨੈਕਸਟ, ਢਿੱਡ ਦਾ ਸੇਕ, ਕੌਣ ਦੱਸੇਗਾ ਢਿੱਡ ਦਾ ਸੇਕ? ਆਪਾਂ ਆਲਰੇਡੀ ਡਿਸਕਸ ਕੀਤਾ। ਯੈਸ ਬੇਟੇ, ਢਿੱਡ ਦਾ ਸੇਕ, ਯੈਸ ਪ੍ਰਾਚੀ, ਰਿਅੰਸ਼ਿਕਾ, ਵੈਰੀ ਗੁੱਡ ਰਿਅੰਸ਼ਿਕਾ। ਮੈਮ ਅੰਦਰੂਨੀ ਪਿਆਰ, ਅੰਦਰੂਨੀ ਪਿਆਰ, ਮਾਂ ਬਾਪ ਦਾ ਪਿਆਰ, ਵੈਰੀ ਗੁੱਡ। ਢਿੱਡ ਦਾ ਸੇਕ ਤੋਂ ਭਾਵ ਹੈ ਮਾਂ ਬਾਪ ਦੀਆਂ ਆਂਦਰਾਂ, ਅੰਦਰੂਨੀ ਪਿਆਰ, ਮਾਂ ਦਾ ਪਿਆਰ। ਤੇ ਢਿੱਡ ਦਾ ਸੇਕ ਕਿਹੋ ਜਿਹਾ ਹੁੰਦਾ ਬੇਟੇ, ਦੱਸ ਸਕਦੇ ਹੋ? ਢਿੱਡ ਦਾ ਸੇਕ ਬੁਰਾ ਹੁੰਦਾ, ਬਰਦਾਸ਼ਤ ਨਹੀਂ ਹੁੰਦਾ, ਮਾਂ ਦਾ ਪਿਆਰ, ਅੰਦਰੂਨੀ ਪਿਆਰ, ਠੀਕ ਹੈ, ਆਂਦਰਾਂ, ਮਾਂ ਬਾਪ ਦੀਆਂ ਆਂਦਰਾਂ। ਕੌਣ ਨੇ ਮਾਂ ਬਾਪ ਦੀਆਂ ਆਂਦਰਾਂ? ਬੱਚੇ, ਉਹਨਾਂ ਦੇ ਲਾਡਲੇ ਬੱਚੇ। ਹੁਣ ਤੁਸੀਂ ਜਿਵੇਂ ਆਪਣੇ ਮਾਂ ਬਾਪ ਦੀਆਂ ਆਂਦਰਾਂ ਹੋ, ਤੇ ਜਦੋਂ ਆਂਦਰਾਂ ਨੂੰ ਕੋਈ ਮਾੜੀ ਜਿਹੀ ਕੋਈ ਤੱਤੀ ਵਾਹ ਲੱਗਦੀ, ਤੱਤੀ ਵਾਹ ਲੱਗਣ ਨਹੀਂ ਦਿੰਦੇ, ਜਾਨ ਨੂੰ ਬਣ ਜਾਂਦੀ ਪੇਰੈਂਟਸ ਦੇ, ਉਹ ਕਹਿੰਦੇ ਸਾਡੇ ਬੱਚਿਆਂ ਨੂੰ ਤੱਤੀ ਵਾਹ ਨਾ ਲੱਗੇ।
कोई भी दुख ना पोए, दुख ना छुए, अरदासा करते रजोइया करते है पेरेंट्स, तो सोच के देख लो बच्चे माड़ा जहा डिग भी जान जान बन जाती। नेक्स्ट नेक्स्ट मीनिंग है बेटे होनी, सुपने सुपना सच हो गया, मेरे झगड़ पई होनी, झगड़ का मतलब लड़ पई, होनी मीन मौत, होनी ना होने वाली घटना, इट उत्ते इट रखे हीरिया की चमक लकौनी, लकौनी का मतलब है खत्म कर देना, इत्थे मीनिंग की है लकौनी का खत्म कर देना, लकौनी नाश कर देना, खत्म कर देना, तबाह कर देना, किन्ने खत्म कर देना, जलाद ने इटते इट रख के किनू खत्म कर देना, हीरिया की जोड़ी नू, हीरिया की जोड़ी तो भाव, हीरिया की जोड़ी तो भाव छोटे साहिबजादे। कलावे, हाँ जी कलावे का अर्थ दसो की होएगा बेटे, आप ऑलरेडी डिस्कस किया कलावे, कलावे का मीनिंग, हाँ जी जिया जिया मैम जफ्फा, हाँ जी जफ्फा पाना, जफ्फी पानी जा जफ्फा, जफ्फी जा जफ्फा, किन्ने पाया कलावा, किन्ने कलावे च लै लिया उन्होंने उछल के, किन्ने लिया बेटे, हाँ जी किन्ने लिया बवनेश, किसने उन्होंने घुट के कलावे विच लै लिया, बवनेश यस बच्चे, करणवीर, करणवीर किसने, जे रिस्पॉन्स दिया करो, क्लास रिस्पॉन्स जरूरी है, ये इंटरनल असेसमेंट का ही पार्ट है, वॉइस साइड बेटे कोई भी बच्चा रिस्पॉन्स नहीं दिंदा, अच्छा क्लास रिस्पॉन्स नहीं है तोड़ा, तोड़ी प्रॉपर पार्टिसिपेशन होनी जरूरी है क्लास विच, जी आप लैसन नू ध्यान नाल सुनते हैं, ठीक है आंसर दिया करो बेटे। चलो कलावे का मतलब की है जफ्फा जा जफ्फी। नेक्स्ट है चंद्रा, चंद्रा तो की भाव है, हाँ जी चंद्रा का मीनिंग दसो, चंद्रा यस बेटे, चंद्रा दीप्ति, दीप्ति यस बेटे, दीप्ति चंद्रा का की मीनिंग है मैम, माड़ा, माड़ा वेरी गुड, बुरा, माड़ा जा बुरा, वेरी गुड। हुण आपां क्वेश्चन आंसर डिस्कस करदे आ, सब बच्चों ने आंसर देने हैं क्वेश्चन से, ते ए फिर बाद तुसी कंप्लीट कर लेना। फर्स्ट क्वेश्चन, नंद लाल नूरपुरी की केड़ी रचना तुसी पढ़ी है, केड़ी रचना पढ़ी है धैर्य, नंद लाल नूरपुरी की केड़ी रचना तुसी पढ़ी धैर्य, जसप्रीत यस बेटे आंसर बोलो, नंद लाल नूरपुर की केड़ी रचना तुसी पढ़ी है हुने, बेटे योर वीडियो शुड बी ऑन ड्यूरिंग ऑनलाइन क्लास, तुसी वीडियो ऑन नहीं कर दे बेटे, वीडियो ऑन करके रखा करो। मगन, हाँ जी बेटे मगन, केड़ी रचना आप पढ़ी है, ब्रिजेश, ब्रिजेश हाँ जी बच्चे, ख्याति, हाँ जी बेटे ख्याति मैम, माता गुजरी जी, माता गुजरी जी, माता गुजरी जी किससे माता जी हुए हैं, किससे माता जी हुए हैं, हाँ जी नेक्स्ट क्वेश्चन, माता गुजरी जी रियांशिका, श्री गुरु गोबिंद सिंह जी, दसवें पिता गुरु गोबिंद सिंह जी दे, ते छोटे साहिबजादियां दे नाल माता गुजरी जी का की रिश्ता है, दीप्ति
छोटे साहिबजादियां नाल माता गुजरी जी का की रिश्ता है? हां जी बेटे दीप्ती। मैम दादी जी। यस दादी जी लगते हैं। हीरियां दी जोड़ी किसनु क्या गया है? अगला क्वेश्चन। छोटे साहिबजादियां नु। छोटे साहिबजादियां नु। छोटे साहिबजादियां दे दिव्या, छोटे साहिबजादियां दे दादा जी दा नाम बोलो। मैम गुरु तेग बहादुर जी। गुरु तेग बहादुर जी। अगला क्वेश्चन रिद्धिमा दसेगी। रिद्धिमा छोटे साहिबजादे किवें शहीद किते गए? रिद्धिमा छोटे मैम दीवार विच। मैम दीवार विच चिनवा के। नीहां विच चिनवा के छोटे साहिबजादे नीहां विच चिनवा के शहीद किते गए। इट उत्ते इट रख के हीरियां दी चमक लगाउण लई कौन कहिंदा है? यस कौन कहिंदा है? लाइन दे अकॉर्डिंग इट उत्ते इट रख के हीरियां दी चमक लगाउणी मैं, इह कौन कहिंदा है? लगाउणी मैं। मैं शब्द किहदे लई वरत्या? किसने लगाउणी है हीरियां दी चमक? हां जी बेटे प्राची। वजीर खान। कौणी ने? नहीं बेटे कविता विच वजीर खान का नाम नहीं आया, वो तो आपां कहे कि वजीर खान का हुक्म होया सी, पर कविता विच होनी कहंदे कि अज मैं हीरियां दी चमक लगा देनी है इक ते इक रख के। किसने लगानी है? करणवीर किसने लगानी है हीरियां दी चमक? बल्लादा ने। होनी ने लगानी है। माता गुजरी जी ने इस कविता क्यों जे भाव प्रगट किते हन? यस करणवीर क्यों जे भाव प्रगट किते हन? लीजा। हां जी बेटे लीजा। मैम दुख परे। दुख परे विछोड़े दी दर्द नू बयान किता है जदों उन्हां नू नीहां विच नवा दिता गया तो विछोड़े दी उन्होंने साहिबजादियां दे किस रूप विच बयान किता साहिबजादियां दे विछोड़े नू की गा के बयान किता है? ਕਿਹੜਾ ਸ਼ਬਦ ਆਇਆ ਕੀ ਗਾਇਆ ਉਹਨਾਂ ਨੇ? ਯੈਸ ਬੇਟੇ ਕੌਣ ਦੱਸੇਗਾ ਕੀ ਗਾ ਕੇ ਬਿਆਨ ਕੀਤਾ? ਦਿਵਿਆ ਕੀ ਗਾਇਆ ਹੈ? ਮੈਮ ਘੋੜੀਆਂ। ਘੋੜੀਆਂ ਛੋਟੇ ਸਾਹਿਬਜ਼ਾਦੀਆਂ ਦੀਆਂ ਘੋੜੀਆਂ ਗਾਈਆਂ ਗਈਆਂ ਹਨ। ਬੇਟੇ ਇਹ ਹੁਣ ਕੁਐਸਚਨ ਤੁਸੀਂ ਆਪਣੀ ਨੋਟਬੁੱਕ ਤੇ ਕਰ ਲੈਣਾ, ਠੀਕ ਹੈ? ਔਰ ਆਪਾਂ ਵੈਡਨਸ ਆਪਣੀ ਫਰਾਈਡੇ ਹੁਣ ਕਲਾਸ ਹੋਏਗੀ ਉਦੋਂ ਆਪਾਂ ਗਰਾਮਰ ਵਰਕ ਕਰਾਂਗੇ। ਥੈਂਕ ਯੂ ਸੋ ਮਚ।